ਮੰਗਲਵਾਰ ਨੂੰ ਮੈਨਚੈਸਟਰ ਦੇ ਓਵਲ ਟ੍ਰੈਫਰਡ ਮੈਦਾਨ ਤੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਜਾਵੇਗਾ, ਜਿਸ ਤੇ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲੀਗ ਮੈਚ ਰੱਦ ਹੋ ਗਿਆ ਸੀ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਮੈਨਚੈਸਟਰ ਵਿੱਚ ਮੀਂਹ ਦੀ 60% ਦੀ ਸੰਭਾਵਨਾ ਹੈ। ਜੇਕਰ ਮੀਂਹ ਦੀ ਵਜ੍ਹਾ ਨਾਲ ਅੱਜ ਮੈਚ ਨਹੀਂ ਹੁੰਦਾ ਤਾਂ ਦੋਵੇਂ ਟੀਮਾਂ 10 ਜੁਲਾਈ ਨੂੰ ਮੈਚ ਖੇਡਣਗੀਆਂ, ਪਰ ਬੁੱਧਵਾਰ ਨੂੰ ਵੀ ਇੱਥੇ ਮੀਂਹ ਦੀ 60% ਦੀ ਸੰਭਾਵਨਾ ਹੈ। ਜੇਕਰ ਮੀਂਹ ਦੀ ਵਜ੍ਹਾ ਨਾਲ ਦੋਵੇਂ ਦਿਨ ਮੈਚ ਨਹੀਂ ਹੁੰਦਾ ਤਾਂ ਬਿਨਾਂ ਟੌਸ ਕੀਤੇ ਉਸਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਲੀਗ ਮੈਚਾਂ ਵਿੱਚ ਵੱਧ ਅੰਕ ਹੋਣ ਦੀ ਵਜ੍ਹਾ ਦੇ ਨਾਲ ਟੀਮ ਇੰਡੀਆ ਸਿੱਧੇ ਫਾਈਨਲ 'ਚ ਕੁਆਲੀਫਾਈ ਕਰ ਜਾਵੇਗੀ। ਵਿਕਰਮ ਸੈਸ਼ਪਾਲ ਦੀ ਰਿਪੋਰਟ, ਦਾ TV NRI।